ਹਾਂਜੀ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਕੰਬੋਜਰ ਆਰਟ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ। ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕਰਨ ਔਜਲਾ ਅਤੇ ਯੋਯੋ ਹਨੀ ਸਿੰਘ ਬਾਰੇ। ਹਾਂਜੀ, ਤੁਹਾਨੂੰ ਪਤਾ ਹੀ ਹੈ ਕਿ ਪਿਛੇ ਜੇ ਹੀ ਹਨੀ ਸਿੰਘ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ, ਜਿਸ ਐਲਬਮ ਦਾ ਨਾਮ ਹੈ ਗਲੋਰੀ। ਅਤੇ ਇਸ ਐਲਬਮ ਤੋਂ ਬਾਅਦ ਹਨੀ ਸਿੰਘ ਦੇ ਬਹੁਤ ਸਾਰੇ ਇੰਟਰਵਿਊ ਸਾਹਮਣੇ ਆ ਰਹੇ ਨੇ, ਜਿਨ੍ਹਾਂ ਇੰਟਰਵਿਊਸ ਵਿੱਚ ਹਨੀ ਸਿੰਘ ਵੱਲੋਂ ਪੰਜਾਬੀ ਸਿੰਗਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਵੇਂ ਕਿ ਕਰਨ ਔਜਲਾ, APT ਢਿੱਲੋਂ, ਦਲਜੀਤ ਦੋਸਾਂਝ ਅਤੇ ਸਿੱਧੂ ਮੂਸੇਵਾਲਾ। ਅਤੇ ਉੱਥੇ ਹੁਣ ਤੁਹਾਨੂੰ ਦੱਸ ਦਈਏ ਕਿ ਹਨੀ ਸਿੰਘ ਦਾ ਇੱਕ ਹੋਰ ਨਵਾਂ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਇੰਟਰਵਿਊ ਵਿੱਚ ਹਨੀ ਸਿੰਘ ਵੱਲੋਂ ਕਿਹਾ ਗਿਆ ਹੈ ਕਿ 2 ਸਾਲਾਂ ਤੋਂ ਕਰਨ ਔਜਲੇ ਦੀ ਟੀਮ ਦਾ ਕੋਈ ਮੈਂਬਰ ਮੇਰੇ ਨਾਲ ਕਰਨ ਔਜਲਾ ਬਣ ਕੇ ਗੱਲ ਕਰ ਰਿਹਾ ਸੀ ਅਤੇ 2021 ਵਿੱਚ ਮੈਨੂੰ ਇੱਕ ਗਾਣਾ ਵੀ ਸੈਂਡ ਕੀਤਾ ਸੀ, ਜਿਸ ਗਾਣੇ ਦਾ ਨਾਮ ਹੈ ਮੈਕਸੀਕੋ। ਅਤੇ ਜਦੋਂ ਮੈਂ ਗਾਣੇ ਵਿੱਚ ਕੁਝ ਚੇਂਜਿਸ ਕਰਨ ਨੂੰ ਕਿਹਾ ਤਾਂ ਫਿਰ ਮੈਨੂੰ ਪਤਾ ਲੱਗਿਆ ਕਿ ਇਹ ਕਰਨ ਔਜਲਾ ਨਹੀਂ ਹੈ ਬਲਕਿ ਕਰਨ ਦੀ ਟੀਮ ਦਾ ਕੋਈ ਮੈਂਬਰ ਹੈ। ਅਤੇ ਹਨੀ ਸਿੰਘ ਵੱਲੋਂ ਇਹ ਵੀ ਕਿਹਾ ਗਿਆ ਕਿ ਪਿਛੇ ਜਿਹੀ ਮੇਰੀ ਕਰਨ ਔਜਲੇ ਦੇ ਨਾਲ ਗੱਲ ਵੀ ਹੋਈ ਹੈ। ਇਸ ਤੋਂ ਇਲਾਵਾ ਹਨੀ ਸਿੰਘ ਵੱਲੋਂ ਦੱਸਿਆ ਗਿਆ ਕਿ ਜੈਰੀ ਵੀ ਭਾਜੀ ਵੀ ਕਰਨ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਪਿਆਰ ਨਾਲ ਗੀਤਾਂ ਦੀ ਮਸ਼ੀਨ ਵੀ ਕਹਿੰਦੇ ਨੇ। ਕਰਨ ਨੇ ਕਿਤਨੀ ਫਾੜ ਦੀ ਹੈ ਸਬਕੀ, ਮੇਰੀ ਕਰਨ ਸੇ ਬਾਤ ਨਹੀਂ, ਫੋਨ ਪੇ ਕਾਫੀ ਟਾਈਮ ਸੇ ਬਾਤ ਹੋਤੀ ਥੀ। ਅੱਛਾ, ਫਿਰ ਮੁਝੇ ਬਾਅਦ ਮੇ ਪਤਾ ਚਲਾ ਕਿ ਕਰਨ ਹੈ ਹੀ ਨਹੀਂ, ਇਸਕਾ ਮੈਨੇਜਰ ਹੈ। 2 ਸਾਲ ਸੇ ਬਾਤ ਕਰਤਾ ਰਹਾ, ਉਸਨੇ ਗਾਣਾ ਵੀ ਭੇਜਾ ਮੈਂ, ਜਿਸਕਾ ਗਾਣਾ ਹੈ ਮੈਕਸੀਕੋ ਵਾਲਾ। ਹਾਂਜੀ, ਵੋ ਉਸਨੇ ਮੇਰੇ ਲਈ ਲਿਖਾ ਥਾ ਹੈ ਔਰ ਹੀ ਵਾਂਟਡ ਕਿ ਮੈਂ ਗਾਉਂ। ਸੋ ਜਬ ਮੈਨੇ ਕਹਾ ਯਾਰ ਗਾਣਾ ਠੀਕ ਹੈ, ਇਸ ਪੇ ਕੁਝ ਬਾਤਾਂ ਹੈ ਜੋ ਮੇਰੇ ਦੇਖੋ ਜਿਸ ਸੇ ਡਿਸਕਸ ਕਰਨੀ ਹੈ, ਕੁਝ ਚੇਂਜਸ ਕਰਵਾਨੇ ਸਾਰਾ। ਫਿਰ ਬੜੀ ਟਾਈਮ ਬਾਅਦ ਉਸਨੇ ਮੇਰੇ ਕੋ ਬੋਲਾ ਕਿ ਭਾਜੀ ਆਈ ਐਮ ਹਿਸ ਮੈਨੇਜਰ, ਸੌਰੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ। ਫਿਰ ਅਭੀ ਮੇਰੀ ਅਭੀ ਕਰਨ ਸੇ ਬਾਤ ਹੋਈ ਪੀਛੇ, ਤੋ ਅਲਫਾਜ਼ ਨੇ ਬਾਤ ਕਰਾਈ। ਯੇ ਵੀ ਠੀਕ ਹੈ, ਕਰਨ ਇਸ ਅਮੇਜ਼ਿੰਗ। ਕਰਨ ਨੇ ਦੇਖੋ ਕਿਆ ਤੋਬਾ ਤੋਬਾ ਗਾਣਾ ਗਾਇਆ। ਨਾਈਸ ਤਾਂ ਨੇ ਹੋ ਗਈ। ਜੈਸੀ ਭਾਜੀ ਬੋਲਤੇ ਉਸਕੋ ਗੀਤਾ ਦੀ ਮਸ਼ੀਨ। ਹਾਂ, ਜੈਸੀ ਭਾਜੀ ਬੋਲਤੇ, ਜੈਸੀ ਭਾਜੀ ਬਹੁਤ ਪਿਆਰ ਕਰਤੇ ਹੋ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਸਾਨੂੰ ਕਰਨ ਬਾਈ ਤੇ ਹਨੀ ਸਿੰਘ ਦਾ ਕੋਈ ਕਲੈਪ ਸੌਂਗ ਦੇਖਣ ਨੂੰ ਮਿਲ ਸਕਦਾ ਹੈ? ਕਮੈਂਟ ਵਿੱਚ ਜ਼ਰੂਰ ਦੱਸਿਓ। ਬਾਕੀ ਬਾਦਸ਼ਾਹ ਵੀ ਆਪਣੇ ਨਵੇਂ ਇੰਟਰਵਿਊ ਵਿੱਚ ਬੋਲਿਆ ਕਰਨ ਬਾਈ ਬਾਰੇ, ਜਿਸ ਵੀਡੀਓ ਦਾ ਲਿੰਕ ਸਕਰੀਨ ਉੱਤੇ ਦਿੱਤਾ ਹੋਇਆ, ਵੀਡੀਓ ਨੂੰ ਜ਼ਰੂਰ ਜਾ ਕੇ ਦੇਖਿਓ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਵਿੱਚ। ਥੈਂਕ ਯੂ।